ਬਠਿੰਡਾ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਜੋਲ ਜੀ ਦੀ ਉਹਨੇ ਦੁਕਾਨ ਦੇ ਮੂਹਰੇ 5:30 ਵਜੇ ਕੁਛ ਅਣਪਛਾਤੇ ਵਿਅਕਤੀਆਂ ਕਹਿੰਦੀਆਂ ਗੋਲੀ ਮਾਰ ਦਿੱਤੀ ਗਈ ਤੇ ਅੱਜ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਅਨਡਿਕਲੇਅਰਡ ਅੱਤਵਾਦ ਹੈ। ਹਰ ਰੋਜ਼ ਤੁਸੀਂ ਦੇਖੋ ਫੈਸਟੀਵਲ ਸੀਜ਼ਨ ਚੱਲਦਾ ਪਿਆ, ਭੀੜ ਭਾੜ ਦਾ ਏਰੀਆ, ਕਿਸ ਤਰੀਕੇ ਦੇ ਨਾਲ ਇੱਕ ਸ਼ਰੀਫ ਇਨਸਾਨ ਨੇ ਜਿਹੜਾ ਖੁਦ ਕਮਾ ਕੇ ਰੋਟੀ ਖਾਂਦਾ ਹੈ ਉਸ ਵਿਅਕਤੀ ਨੂੰ ਸ਼ਰੇਆਮ ਬਾਜ਼ਾਰ ਦੇ ਵਿੱਚ ਆ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ। ਪੰਜਾਬ ਸਰਕਾਰ ਦੀ ਫੇਲੀਅਰ ਹੈ, ਪ੍ਰਸ਼ਾਸਨ ਦੀ ਫੇਲੀਅਰ ਹੈ ਦੇ ਵਿੱਚ। ਹਾਲਾਤ ਸੀਰੀਅਸ ਹੀ ਹੈ ਜੀ, ਬਾਕੀ ਜਿਹੜੇ ਇਲਾਜ ਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਭਰਾ ਨੂੰ ਸਿਹਤਮੰਦ ਕਰੇ। ਸ਼ਰੇਆਮ ਵਪਾਰੀਆਂ ਤੋਂ ਫਰੌਤੀਆਂ ਲਈਆਂ ਜਾ ਰਹੀਆਂ, ਵੇਟ ਕੀਤੀ ਜਾਂਦੀ ਹੈ ਵੀ ਜਿੰਨੀ ਦੇਰ ਤੇਰੇ ਫੈਰ ਨਹੀਂ ਵੱਜਦਾ, ਤੇਰੀ ਕੋਈ ਲੱਤ ਬਾਹ ਨਹੀਂ ਪੱਟ ਵੱਢ ਕੇ ਜਾਂਦਾ, ਜਿੰਨੀ ਦੇਰ ਤੁਹਾਡੇ ਘਰੇ ਆ ਕੇ ਤੁਹਾਡੀ ਇੱਜ਼ਤ ਤੇ ਕੋਈ ਅਟੈਕ ਨਹੀਂ ਹੁੰਦਾ ਪਰਿਵਾਰ ਦੀ, ਤੇ ਉਨੀ ਦੇਰ ਕੋਈ ਕਾਰਵਾਈ ਅਸੀਂ ਕਰ ਨਹੀਂ ਸਕਦੇ। ਪੁਲਿਸ ਨੂੰ ਹੋਰ ਛੋਟ ਨਾ ਦਿੱਤੀ ਗਈ, ਇਹ ਗੁੰਡਾਗਰਦੀ ਨੂੰ ਰੋਕਣ ਦੇ ਵਾਸਤੇ ਪੁਲਿਸ ਦੇ ਨਾਲ ਨਾ ਖੜਿਆ ਗਿਆ, ਚਾਹੇ ਉਹ ਆਮ ਪਬਲਿਕ ਹੈ ਚਾਹੇ ਸਾਡੇ ਲੀਡਰ ਨੇ, ਜੇ ਪੁਲਿਸ ਦੇ ਨਾਲ ਨਾ ਖੜੇ ਤਾਂ ਇਹ ਸਿਸਟਮ ਜਮਾਂ ਫੇਲ ਹੋ ਜਾਣਾ। ਇਹ ਤਕਰੀਬਨ ਸ਼ਾਮ ਨੂੰ 5:30 ਦੇ ਕਰੀਬ ਦੋ ਮੋਟਰਸਾਈਕਲ ਸਵਾਰ ਮੁੰਡੇ ਆਏ ਆ, ਉਹਨਾਂ ਨੇ ਜਿਹੜੇ ਹੈਗੇ ਸ਼ਾਰਟ ਜਿਹੜੇ ਫਾਇਰ ਕੀਤੇ ਆ, ਇਹਦੇ ਵਿੱਚ ਜਿਹੜੇ ਇੰਜਰਡ ਪਰਸਨ ਹੈ ਇਹ ਅੰਮ੍ਰਿਤਸਰੀ ਕੁਲਚਾ ਨਾਮ ਦੀ ਦੁਕਾਨ ਹੈ ਮਾਲ ਰੋਡ ਦੇ ਉੱਪਰ, ਇਹਦੇ ਜਿਹੜੇ ਹੈਗੇ ਗਨਸ਼ੋਟ ਇੰਜਰੀਸ ਹੋਈਆਂ ਨੇ। ਸੋ ਉਹਨਾਂ ਨੂੰ ਅਸੀਂ ਸਿਵਲ ਹਸਪਤਾਲ ਭੇਜ ਦਿੱਤਾ ਸੀਗਾ, ਫਰਦਰ ਅੱਗੇ ਟ੍ਰੀਟਮੈਂਟ ਵਾਸਤੇ ਮੈਕਸ ਹਸਪਤਾਲ ਰੈਫਰ ਕੀਤਾ ਗਿਆ। ਅਸੀਂ ਮੌਕੇ ਪਰ ਆ ਕੇ ਜਿਹੜੀ ਸਥਿਤੀ ਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਦਾ ਮੋਟਿਵ ਕੀ ਸੀਗਾ, ਕੌਣ ਸੀ ਬੰਦੇ, ਸਾਰੀਆਂ ਚੀਜ਼ਾਂ ਤੇ ਵਰਕਆਊਟ ਕਰਕੇ ਜਲਦੀ ਇਹਨੂੰ ਟ੍ਰੇਸ ਕਰਨਾ। ਕੰਡੀਸ਼ਨ ਕਿਹੋ ਜੀ ਆ? ਦੇਖੋ ਜੇ ਗਨਸ਼ੋਟ ਇੰਜਰੀਸ ਹੋਈਆਂ ਸੀ ਉਹ ਤਾਂ ਸੀਰੀਅਸ ਸੀਗੇ, ਉਹਨਾਂ ਨੂੰ ਅਸੀਂ ਹਸਪਤਾਲ ਭੇਜਿਆ, ਫਰਦਰ ਜਿਹੜੇ ਹੈਗੇ ਆ ਉਹਨਾਂ ਨੂੰ ਮੈਕਸ ਰੈਫਰ ਕਰ ਦਿੱਤਾ ਗਿਆ। ਫਿਲਹਾਲ ਅਸੀਂ ਮੌਕੇ ਤੇ ਆਏ ਹਾਂ, ਅਜੇ ਜਿਹੜੇ ਟੀਮ ਮੈਡੀਕਲ ਟੀਮ ਉਹਨਾਂ ਨਾਲ ਅਸੀਂ ਰਾਬਤਾ ਕਰ ਲੈਂਦੇ ਸੀ। ਇਹ ਦੇਖੋ ਅਜੇ ਫਿਲਹਾਲ ਇਨਵੈਸਟੀਗੇਸ਼ਨ ਦੀ ਪ੍ਰੀਲਿਮਿਨਰੀ ਸਟੇਜ ਹੈ, ਇਹਦੇ ਵਿੱਚ ਕੁਛ ਵੀ ਕਹਿਣਾ ਜਿਹੜਾ ਹੈਗਾ ਮਤਲਬ ਕੰਕਰੀਟ ਨਹੀਂ ਹੋਊਗਾ। ਸੋ ਜਿੱਦਾਂ ਹੀ ਇਨਵੈਸਟੀਗੇਸ਼ਨ ਕੰਕਲੂਡ ਹੋ ਗਈ ਵੀ ਸ਼ੇਅਰ ਇਟ ਕੇ ਪਰਪਸ ਕੀ ਸੀਗਾ, ਕੌਣ ਸੀ ਬੰਦੇ, ਕਿੰਨੇ ਭੇਜੇ ਸੀਗੇ, ਸਾਰਾ ਇਹਦਾ ਕੀਤਾ ਜਾਊ। ਸਾਡੇ ਵੱਲੋਂ ਜਿਹੜੀਆਂ ਅਲੱਗ ਅਲੱਗ ਟੀਮਾਂ ਇਹਦੇ 'ਚ ਬਣਾ ਦਿੱਤੀਆਂ ਗਈਆਂ ਨੇ, CIC ਦੀ ਟੀਮਸ ਹੈ, ਸਪੈਸ਼ਲ ਸਟਾਫ ਹੈ, ਥਾਣੇ ਦੀ ਟੀਮ ਹੈ। ਸੋ ਸਾਰੇ ਐਂਗਲਾਂ 'ਤੇ ਅਸੀਂ ਵਰਕ ਕਰਕੇ ਟੈਕਨੀਕਲ CCTV ਅਤੇ ਬਾਕੀ ਜਿਹੜੀ ਹੈਗੀ ਮੌਕੇ 'ਤੇ ਜਿਹੜੇ ਗਵਾਹ ਨੇ ਸਾਰਿਆਂ ਨੂੰ ਅਸੀਂ ਜਿਹੜੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਇਨਵੈਸਟੀਗੇਸ਼ਨ ਸਟਾਰਟ ਕਰਕੇ ਜਲਦੀ ਕੰਕਲੂਡ ਕਰਾਂਗੇ।